ਬਿਸਮਿਲ੍ਲਾਹਿਰ-ਰਹਿਮਾਨਿਰ-ਰਹੀਮ ਅਸਲਾਮ ਅਲੈਕੁਮ। ਮੇਰਾ ਨਾਮ ਫਰਹਾਨ ਅਦਰ ਖਾਨ, ਤੁਸੀਂ ਦੇਖਦੇ ਪਏ ਯੂਟਿਊਬ ਚੈਨਲ ਫਰਹਾਨ ਵਰਲਡ। ਉਮੀਦ ਕਰੇ ਸਾ ਅੱਲਾ ਦੇ ਕਰਮ ਨਾਲ ਸਾਰੇ ਠੀਕ ਠਾਕ ਹੋ। ਸੋ ਅੱਜ ਦਾ ਵਲੋਗ ਸ਼ੁਰੂ ਕਰਨ ਤੋਂ ਪਹਿਲੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਵਾਂ ਸ਼ੁਰੂ ਕਰੀ ਨੇ ਅੱਜ ਦਾ ਵਲੋਗ। ਅੱਛਾ ਜੀ, ਜਿਵੇਂ ਕਿ ਤੁਹਾਨੂੰ ਪਤਾ ਹੈ ਫਸਲਾਂ ਦੀ ਕਟਾਈ ਹੁੰਦੀ ਪਈ ਹੈ, ਅਤੇ ਫਸਲਾਂ ਦੀ ਕਟਾਈ ਦੇ ਮੌਸਮ ਦੇ ਵਿੱਚ ਅਸਾਂ ਆਪਣਾ ਡੇਰਾ ਜਿਹੜਾ ਹੈ ਆਪਣੇ ਕੱਚੇ ਮਕਾਨਾਂ 'ਚ ਲਾ ਲੈਂਦੇ ਹਾਂ, ਕਿਉਂਕਿ ਸਾਰੀਆਂ ਜ਼ਮੀਨਾਂ ਜਿਹੜੀਆਂ ਨੇ ਉਹ ਥਾਈਆਂ, ਅਤੇ ਇੱਥੇ ਅਸੀਂ ਕੱਚਾ ਮਕਾਨ ਬਣਾਇਆ ਹੋਇਆ ਆਪਣਾ, ਇਹਦੇ ਵਿੱਚ ਸਾਰੀ ਰਿਹਾਇਸ਼ ਹੁੰਦੀ ਹੈ। ਅਤੇ ਹੁਣ ਅਸੀਂ ਇਹਦੇ ਵਿੱਚ ਰਿਹਾਇਸ਼ ਰੱਖੀ ਹੋਈ ਹੈ, ਅਸਾਂ ਕਿਹੜਾ ਕਿਹੜਾ ਜ਼ਰੂਰਤ ਦਾ ਸਮਾਨ ਨਾਲ ਲੈ ਕੇ ਆਏ ਹਾਂ, ਕਿਵੇਂ ਅਸੀਂ ਇੱਥੇ ਵਸਦੇ ਪਏ ਹਾਂ, ਕੀ ਮਾਹੌਲ ਹੁੰਦਾ ਹੈ, ਕਿ ਸ਼ੁਗਲ ਮੇਲੇ ਹੁੰਦੇ ਨੇ, ਉਹ ਮੈਂ ਤੁਹਾਨੂੰ ਸਾਰੇ ਇਸ ਵੀਡੀਓ ਦੇ ਵਿੱਚ ਦਿਖਾਇਆ ਸਾਂ। ਸਾਰਿਆਂ ਤੋਂ ਪਹਿਲੇ ਇਹ ਦੇਖੋ, ਇਹ ਨੀਂਹ ਜਿਹਦੇ ਉੱਤੇ ਬਰਤਨ ਵਗੈਰਾ ਟੰਗੀ ਦੇ ਨੇ, ਤੁਸੀਂ ਦੇਖਦੇ ਪਏ ਹੋ ਦੁੱਧ ਵਾਲੀਆਂ ਬਾਲਟੀਆਂ ਉੱਤੇ ਟੰਗੀਆਂ ਖਲੋਤੀਆਂ, ਨਾਲ ਬੋਤਲਾਂ ਟੰਗੀਆਂ ਹੋਈਆਂ। ਛੋਟਾ ਜਿਹਾ ਇੱਕ ਪਠੋਰਾ ਬੈਠਾ ਹੋਇਆ ਇੱਥੇ ਲੁੱਗਾ, ਇਹ ਮੇਰੇ ਖਿਆਲ ਬਾਕੀਆਂ ਨਾਲ ਨਾਰਾਜ਼ ਹੋਏ ਹੋਏ। ਅੱਗੇ ਇਹ ਜੀ, ਅਸਾਂ ਕਿੱਕਰਾਂ ਦੇ ਤਲੇ ਮੰਜੀਆਂ ਰੱਖੀਆਂ ਹੋਈਆਂ, ਚਾਚੂ ਵਾਰਾਂ ਬੈਠੇ ਹੋਏ ਆਪਣਾ ਮੋਬਾਈਲ ਅਤੇ ਯੂਟਿਊਬ 'ਤੇ ਵੀਡੀਓ ਚਲਾ ਕੇ ਇਹਦੇ ਬੈਠੇ ਨੇ, ਜ਼ਿਆਦਾਤਰ ਖਬਰਾਂ ਸੁਣਦੇ ਰਹਿੰਦੇ ਨੇ। ਇਹ ਟਰੈਕਟਰ ਇੱਥੇ ਅਸਾਂ ਆਪਣਾ ਖਿਲਾ ਰਹੇ ਹੋਏ ਹਾਂ, ਕਿਉਂਕਿ ਇਹਦੀ ਬੈਟਰੀ ਨਾਲ ਅਸਾਂ ਇਹ ਬਾਹਰ ਲਾਈਟ ਲੱਗੀ ਹੋਈਆਂ, ਜਿਹੜੀਆਂ ਇਹ ਬਲੀਂਦੇ ਆ, ਇਹ ਦੇਖੋ ਇੱਕ ਲਾਈਟ ਇਹ ਲੱਗੀ ਹੋਈ ਹੈ, ਅਤੇ ਇੱਕ ਦੂਜੀ ਸਾਈਡ ਤੁਰੂ ਲੱਗੀ ਹੋਈ ਹੈ ਲਾਈਟ। ਇਹ ਦੋ ਲਾਈਟਾਂ ਅਸਾਂ ਰਾਤ ਟਾਈਮ ਬਾਅਦ ਛੁੜੀਆਂ ਨੇ, ਅਤੇ ਸਾਰੀ ਇੱਥੇ ਰੋਸ਼ਨੀ ਹੋ ਪੈਂਦੀ ਹੈ। ਉਸ ਤੋਂ ਬਾਅਦ ਜੀ ਇਹ ਦੇਖੋ ਇੱਕ ਅਸਾਂ ਛੋਟਾ ਜਿਹਾ ਚੁਲਹਾਣਾ ਬਣਾਇਆ ਇੱਥੇ, ਇਹ ਅਸਾਂ ਆਸ ਪਾਸ ਇੱਟਾਂ ਰੱਖੀਆਂ ਤਾਂ ਕਿ ਹਵਾ ਨਾ ਲੱਗੇ, ਕਿਉਂਕਿ ਤੁਹਾਨੂੰ ਪਤਾ ਹੈ ਵੀ ਜੰਗਲ ਦੇ ਵਿੱਚ ਹਵਾ ਹੈ ਜਿਹੜੀ ਉਹ ਤੇਜ਼ ਹੁੰਦੀ ਹੈ। ਉਸ ਤੋਂ ਬਾਅਦ ਹੁਣ ਅੰਦਰ ਬਹਿੰਦੇ ਹਾਂ, ਬਲਕਿ ਅੰਦਰ ਵੰਜਣ ਤੋਂ ਪਹਿਲੇ ਤੁਸੀਂ ਇਹ ਦੇਖੋ ਅਸਾਂ ਰਾਤਰੀ ਟੰਗ ਖਿਲਾ ਰਹੀਆਂ, ਅਤੇ ਉਸ ਤੋਂ ਬਾਅਦ ਮਾਚਸ ਪਈ ਹੋਈ ਹੈ ਅੰਦਰ ਵੜਦੇ ਹੀ ਜੀ, ਇਹ ਜਹਾਂ ਨਮਾਜ਼ ਹੈ ਮੁਸਲਾ ਲੋ। ਉਸ ਤੋਂ ਬਾਅਦ ਅਲੀ ਆਵਾਜ਼ ਬੈਠਾ ਹੈ, ਪਾਣੀ ਪੀਂਦਾ, ਠੰਡਾ ਠੰਡਾ ਪਾਣੀ ਪੀ ਰਿਹਾ ਅਲੀ ਆਵਾਜ਼। ਅਤੇ ਇਹ ਦੇਖੋ ਜੀ, ਅਸੀਂ ਸਾਰਾ ਸਮਾਨ ਆਪਣੇ ਘਰੋਂ ਗਿਣ ਕੇ ਆਇਆ ਸੀ, ਇਹ ਬੋਤਲਾਂ ਪਈਆਂ ਹੋਈਆਂ ਪਾਣੀ ਵਾਲੀਆਂ, ਸਾਰਾ ਪਾਣੀ ਭਰਿਆ ਪਿਆ। ਉਸ ਤੋਂ ਬਾਅਦ ਇਹ ਦੇਖੋ ਅਸਾਂ ਪਿਆਜ਼ ਵਗੈਰਾ ਇੱਕ ਸਬਜ਼ੀ ਸਬਜ਼ੀ ਹਰ ਸ਼ੈ ਇੱਥੇ ਰੱਖੀ ਹੋਈ ਹੈ, ਅਤੇ ਇਹ ਬਰਤਨ ਵਗੈਰਾ ਪਏ ਹਨ ਸਾਲਣ ਪਕਾਉਣ ਵਾਸਤੇ ਸਾਰੇ, ਇਹ ਤੁਸੀਂ ਦੇਖ ਸਕਦੇ ਹੋ। ਇਸ ਕੂਲਰ ਦੇ ਵਿੱਚ ਅਸਾਂ ਬਰਫ਼ ਗਿਣ ਕੇ ਆਇਆ ਸੀ, ਗੈਸ ਵਾਲਾ ਚੁੱਲ੍ਹਾ ਹੀ ਰੱਖਿਆ ਹੋਇਆ, ਲੱਕੜੀ ਅਸਾਂ ਟੁੱਕ ਕੇ ਰੱਖੀ ਹੋਈਆਂ, ਨਾਲ ਅਸੀਂ ਆਪਣਾ ਤਵਾ ਹੀ ਰੱਖਿਆ ਹੋਇਆ। ਉਸ ਤੋਂ ਬਾਅਦ ਜੀ ਇੱਕ ਲਾਈਟ ਅਸੀਂ ਅੰਦਰ ਲਾਈ ਹੋਈ ਹੈ। ਉਸ ਤੋਂ ਬਾਅਦ ਮੈਂ ਜਿਹੜਾ ਤੁਹਾਨੂੰ ਜਾਲ ਦਿਖਾਈ, ਇਹਦੇ ਵਿੱਚ ਨਾ ਅਸਾਂ ਪਹਿਲੇ ਤਾਂ ਯਾਰ ਜਾਲ ਲਾਏ ਦਿਖਾਏ, ਜਾਲ ਲਾਏ ਇਹਦੇ ਵਿੱਚ ਹੁਣ ਆਲਾਣਾ ਬਣੇ ਹੋਇਆ। ਹਾਂ ਇਹ ਇੱਥੇ ਜੀ ਲਾਲੀ ਦਾ ਆਲਾਣਾ ਬਣੇ ਹੋਇਆ, ਨਹੀਂ ਤਾਂ ਅਸਾਂ ਕੋਈ ਨਾ ਕੋਈ ਜ਼ਰੂਰਤ ਦਾ ਸਮਾਨ ਰੱਖੇਂਗੇ, ਅਸੀਂ ਇਸ ਨੂੰ ਕੁਝ ਨਹੀਂ ਆਖਿਆ ਖਲੋਤਾ ਰਹੇ। ਬਾਕੀ ਇਹ ਦੇਖੋ ਅਸਾਂ ਤੇਲ ਸ਼ੇਲ ਸ਼ੈਂਪੂ ਵਗੈਰਾ ਹਰ ਸ਼ੈ ਮਤਲਬ ਮੁਕੰਮਲ ਸਮਾਨ ਅਸੀਂ ਇੱਥੇ ਲੈ ਕੇ ਆਏ ਹੋਏ ਹਾਂ। ਸਬਰ ਜਮੀਲ ਹੁਣ। ਉਸ ਤੋਂ ਬਾਅਦ ਇਹ ਦੇਖੋ ਜੀ ਅਸੀਂ ਟੰਗਣੀ ਬਣਾ ਛੋੜੀਆਂ, ਇਹ ਸਾਰਾ ਜ਼ਰੂਰਤ ਦਾ ਸਮਾਨ ਇੱਥੇ ਟੰਗਿਆ ਖਲੋਤਾ ਹੈ। ਉਸ ਤੋਂ ਬਾਅਦ ਇਹ ਦੇਖੋ ਇਹ ਗੱਟੂ ਦੀ ਜਿਹਦੀ ਕਿਸ਼ੇ, ਚੈੱਕ ਕਰੋ ਬਤਾਓ ਹਮੇ ਜਲਦੀ ਕਰੋ ਕਿਹੜੀ ਸ਼ਾਇ। ਹਾਂ ਇਹ ਨਹੀਂ, ਇਹ ਕੋਈ ਦਰਖਤ ਵਗੈਰਾ ਕੱਟਣਾ ਹੋ ਤਾਂ ਉਸ ਕੇ ਲੀਏ ਇਹ ਇਸੇ ਕਿਆ ਕਹਤੇ ਹੈ ਆਰੀ। ਹਾਂ ਤਾਂ ਇਹ ਦੇਖੋ ਟਮਾਟਰ, ਥੂਮ, ਉਸ ਤੋਂ ਬਾਅਦ ਰਿੰਡੀ ਵਾਲੀ ਬਾਤ ਖਲਤੀ ਹੈ। ਹਾਂ ਅਲੀ ਸਮਝ ਆ ਕੇ ਰਿੰਡੀ ਕਰੋ ਤੀ ਅਲੀ ਸ਼ੁਰੂ ਹੋ ਗਿਆ ਸੀ। ਮਕਾਨਾਂ 'ਚ ਆਵਾਂ ਅਤੇ ਨਾਲ ਲੀਵਾਂ ਨਾਲ ਲੈ ਕੇ ਆਵਾਂ, ਇਹ ਹੋ ਹੀ ਨਹੀਂ ਸਕਦਾ। ਰਾਤ ਟਾਈਮ ਜਿਸ ਟਾਈਮ ਬਲਸੀ ਲੀਵਾ, ਉਸ ਟਾਈਮ ਮੈਂ ਤੁਹਾਨੂੰ ਵੀਡੀਓ ਦੇਖਿਆ ਸਾ ਬਣਾ ਕੇ। ਇਹ ਦੇਖੋ ਅਸੀਂ ਲੀਵਾ ਟੰਗੇ ਹੋਏ, ਅਸੀਂ ਇੱਥੇ ਰਾਤ ਟਾਈਮ ਬਾਹਰ ਛੁੜੀਂਦੇ ਹਾਂ। ਇਹ ਜਿਹੜੀਆਂ ਲਾਈਟਾਂ ਨਾ, ਇਹ ਕੋਈ ਨਹੀਂ ਮਜ਼ੇਦਾਰ ਯਾਰ, ਜਿਹੜਾ ਮਜ਼ਾ ਲੀਵੇ ਦਾ ਨਾ, ਲੀਵੇ ਜਿਸ ਟਾਈਮ ਬਲਦਾ ਨਾ, ਮਜ਼ਾ ਹੀ ਆਵੈਂਦਾ। ਉਸ ਤੋਂ ਬਾਅਦ ਇਹ ਦੇਖੋ ਤਾਂ ਇਹ ਤੰਦੂਰੀ ਜਿਹਦੇ ਵਿੱਚ ਅਸੀਂ ਰੋਟੀ ਆਪਾਂ ਕਹਿੰਦੇ ਹਾਂ, ਬਾਕੀ ਇਹ ਲੱਕੜੀਆਂ ਰੱਖੀਆਂ ਹੋਈਆਂ ਨੇ ਇਸੇ ਤੰਦੂਰੀ ਵਾਸਤੇ, ਇਹਨਾਂ ਨੂੰ ਬਲੀਂਦੇ ਹਾਂ ਤੰਦੂਰੀ ਦੇ ਵਿੱਚ। ਉਸ ਤੋਂ ਬਾਅਦ ਅੱਗੇ ਵੰਜ ਆਏ ਤਾਂ ਤੁਹਾਨੂੰ ਦੱਸਿਆ ਇੱਕ ਦੂਜਾ ਇੱਕ ਕਮਰਾ ਹੈ। ਇਸ ਕਮਰੇ ਦੇ ਵਿੱਚ ਨਾ ਅਸਾਂ ਬੱਕਰੀਆਂ ਦੀ ਯਾਨੀ ਕਿ ਰਿਹਾਇਸ਼ ਰੱਖੀ ਹੋਈ, ਇੱਥੇ ਬੱਕਰੀਆਂ ਰਹਿੰਦੀਆਂ ਅਤੇ ਬੱਕਰੀਆਂ ਥਾਂ ਹੀ ਖਲੋਣੀਆਂ। ਇੱਥੇ ਅਸਾਂ ਕੁੱਤਾ ਬੰਨ ਛੁੜੀਦੇ ਹਾਂ ਤਾਂ ਕਿ ਕੋਈ ਮਤਲਬ ਕਿ ਨਾ ਜਿਹੜਾ ਜੰਗਲੀ ਜਾਨਵਰ ਹੈ ਉਹ ਬੱਕਰੀਆਂ ਦੇ ਉੱਤੇ ਆ ਕੇ ਹਮਲਾ ਨਾ ਕਰੇ। ਇੱਥੋਂ ਸਾਡੇ ਇੱਥੇ ਪਿਆ ਬੱਕਰੀਆਂ ਦੀ ਮਿੰਗਣ ਛਿੰਗਣੀ ਅੰਦਰ ਪਈਆਂ ਹੋਈਆਂ ਹਨ, ਅਤੇ ਇਹ ਹੁਣ ਅਸਾਂ ਦੇਸੀ ਜੁਗਾੜ ਲਾਏ ਹੋਏ ਮੰਜੀ ਖਲਾਰ ਛੁੜੀ ਦੀਏ, ਅਤੇ ਇਹ ਜਿਹੜਾ ਡੰਡਾ ਨੇ ਇਸ ਡੰਡੇ ਦੇ ਨਾਲ ਮੰਜੀ ਬੰਨ ਛੁੜੀਦਾ, ਅਤੇ ਉਹ ਮਤਲਬ ਕਿ ਨਾ ਇਹਨਾਂ ਦਾ ਇੱਕ ਦਰਵਾਜ਼ਾ ਬਣ ਪੈਂਦਾ। ਦਰਖਤ ਦੀ ਛਾਂ 'ਤੇ ਇਹ ਦੇਖੋ ਇੱਕ ਅਸਾਂ ਟੋਕਰੀ ਟੰਗੀ ਹੋਈ ਹੈ, ਇਹਦੇ ਵਿੱਚ ਕੋਈ ਜ਼ਰੂਰਤ ਦਾ ਸਮਾਨ ਰੱਖ ਛੁੜੀਦਾ। ਉਸ ਤੋਂ ਬਾਅਦ ਇਹ ਤਿੱਤਾ ਸਾਰਾ ਖਲੋਤਾ ਹੋਇਆ, ਇਸ ਨੂੰ ਦੇਖੋ ਮੈਂ ਸੀਟੀ ਮਾਰ ਕੇ ਬੁਲਾਇਆ ਨਾ ਬੋਲਦਾ ਤਾਂ ਬਸ ਇਸ ਇੱਕ ਫੇਰ ਬੋਲਣਾ ਦੱਸਣਾ ਵੀ ਮੈਂ ਖਲੋਤਾ ਹੋਇਆ। ਇਹ ਟੋਕਰੇ ਪਿਆ ਜੀ, ਇਹਦੇ ਥੱਲੇ ਚੂਚੇ ਰੱਖੇ ਹੋਏ ਨਾਲ ਆਵਾਜ਼ ਦੇ। ਇਹ ਦੇਖੋ ਜੀ ਚੂਚੇ ਵਧੇ ਹੋਏ,
ਤੇ ਮੈਂ ਕੱਢਣੇ ਨਹੀਂ ਬੈਰਵਾ ਤੇ ਮਲ ਵੈਂਦੇ ਤੇ ਠੀਕ ਦੇ ਨਹੀਂ ਸੋਕੇ ਬਾਜੀ ਇਹ ਬੈਠੇ ਜੀ ਸਾਰੇ ਪਠੋਰੇ ਇਹ ਦੇਖੋ ਇਹ ਚਾਰ ਪਠੋਰੇ ਹਨ ਦੋ ਇਹ ਬੈਠੇ ਨੇ ਇੱਕ ਇਹ ਬੈਠੇ ਤੇ ਇੱਕ ਉਹ ਬੈਠਾ ਹੋਇਆ ਇਸ ਸਾਹਮਣੇ ਅੱਛਾ ਜੀ ਅਸਾਂ ਨਾ ਆਪਣੇ ਇਸ ਡੇਰੇ ਦੇ ਉੱਤੇ ਆਏ ਹਾਂ ਜਦੀਦ ਦੌਰ ਦੇ ਵਿੱਚ ਅਤੇ ਇਸ ਤੋਂ ਪਹਿਲੇ ਚਾਚੂ ਹੋਰਾਂ ਬਚਪਨ 'ਚ ਇੱਥੇ ਰਹਿੰਦੇ ਹਨ ਇੱਥੇ ਆਉਂਦੇ ਹਨ ਕਿਹੜੀ ਕਿਹੜੀ ਸ਼ੈ ਉਹਨਾਂ ਕੋਲ ਹੁੰਦੀ ਆਈ ਕਿਹੜੀ ਕਿਹੜੀ ਸ਼ੈ ਨਹੀਂ ਹੁੰਦੀ ਉਹਨਾਂ ਦੇ ਕੋਲ ਮਤਲਬ ਕਿ ਕਿਹੜੀ ਕਿਹੜੀ ਮਤਲਬ ਕਿ ਇੱਥੇ ਹਨ ਖੂਬੀਆਂ ਹਨ ਕਿ ਜਿਹੜੇ ਉਹ ਇੱਥੇ ਰਹਿੰਦੇ ਹਨ ਅਤੇ ਹੁਣ ਉਹ ਇਸ ਟਾਈਮ ਇੱਥੇ ਕਿਉਂ ਨਹੀਂ ਰਹਿੰਦੇ ਕਿਹ ਵਜ੍ਹਾ ਦੀ ਇਹਨਾਂ ਕੋਲ ਪੈਸਾ ਹੈ ਅਤੇ ਇਹਨਾਂ ਸਾਰਿਆਂ ਸਵਾਲਾਂ ਦਾ ਤੁਸੀਂ ਮੈਨੂੰ ਜਵਾਬ ਦੇ ਸੋ ਤੁਸਾਂ ਦੇ ਸੋ ਜਾਂ ਤੁਸਾਂ ਦੇ ਸੋ ਤੁਸਾਂ ਤਾਂ ਵੀਡੀਓ 'ਚ ਮਸ਼ਰੂਫ ਹੋ ਇੱਥੇ ਸਾਰੇ ਪਹਿਲੇ ਬਜ਼ੁਰਗ ਜਿਹੜੇ ਖਾਨ ਨਿਆਜ਼ ਅਹਿਮਦ ਖਾਨ ਖਾਨ ਅਹਿਮਦ ਖਾਨ ਗਾਣੇ ਖਾਨ ਦਾ ਅੱਛਾ ਜੀ ਹਾਂਜੀ ਨਜ਼ਰ ਮਹਿਮੂਦ ਸੈਕਟਰੀ ਸੂਬੇਦਾਰ ਨੇ ਕਮਲ ਇਜਾਜ਼ ਮੁਹੰਮਦ ਖਾਨ ਗੁਲਾਮ ਜਾਫਰ ਮੁਰੀਦ ਜਾਫਰ ਗੁਲਾਮ ਅਬਾਸ ਗੁਲਾਮ ਹੈਦਰ ਖਾਨ ਦਾ ਜੀ ਹਾਂ ਉਸ ਤੋਂ ਬਾਅਦ ਇਹ ਜਿਤਨੀ ਬਰਾਦਰੀ ਸਾਰੀ ਆਈ ਇਹ ਸਾਰੀ ਇੱਥੇ ਆਪਣੇ ਰਕਬਿਆਂ ਦੇ ਵਿੱਚ ਰਹਿੰਦੀ ਆਈ ਠੀਕ ਹੋ ਗਿਆ ਫਸਲ ਜਿਤਨੀਆਂ ਹਨ ਉਹ ਆਪ ਕੱਟੀਆਂ ਹਨ ਸਾਰਾ ਛੋਲੇ ਜਿਤਨੇ ਹਨ ਕਣਕਾਂ ਵਗੈਰਾ ਸਾਰੀਆਂ ਉਹਦੇ ਵਿੱਚ ਇਹ ਹੁੰਦਾ ਕਿ ਬਿਰਾਦਰੀਆਂ ਇਕੱਠੀਆਂ ਹੋ ਕੇ ਇੱਕ ਦਿਹਾੜੇ ਇੱਕ ਬਿਰਾਦਰ ਕਰਨੇ ਦੂਜੀ ਵਾਰ ਦੂਜੇ ਬਿਰਾਦਰ ਕਰਨੇ ਇਸ ਕਿਸਮ ਦੇ ਹਨ ਜਿਹਦੇ ਵਿੱਚ ਸਰਦਾਰ ਗੁਲਾਮ ਅਹਿਮਦ ਖਾਨ ਆਈ ਇਰਸ਼ਾਦ ਖਾਨ ਤੌਫੀਕ ਹੁਸੈਨ ਖਾਨ ਸਖਾਵਤ ਹੁਸੈਨ ਖਾਨ ਬਾਕੀ ਜਿਹੜੇ ਫਖਰ ਜ਼ਫਰ ਮੈਂਬਰ ਉਲਫਤ ਮੁਨੀਰ ਹੁਣ ਉਸ ਤੋਂ ਬਾਅਦ ਸਾਰੇ ਸਰਦਾਰ ਜ਼ੇਗਮ ਹੁਸੈਨ ਖਾਨ ਨੂੰ ਉਹ ਫੌਤ ਹੋ ਗਏ ਇਹ ਸਾਰੇ ਜ਼ਮੀਨਦਾਰ ਸਾਡੇ ਇੱਥੇ ਆਪਣੇ ਰਕਬਿਆਂ ਦੇ ਉੱਤੇ ਆਉਂਦੇ ਹਨ ਅੱਛਾ ਜੀ ਉਸ ਤੋਂ ਬਾਅਦ ਇਹ ਬਈ ਸਾਡੇ ਹੁਣ ਇਹ ਮਕਾਨ ਸ਼ਕਾਨ ਹੁਣ ਇਰਾਦੇ ਹੈ ਵੱਧ ਜਿਹੜਾ ਮੈਂਬਰ ਉਲਫਤ ਖਾਨ ਦਾ ਜ਼ਮੀਰ ਹੁਸੈਨ ਖਾਨ ਦਾ ਪ੍ਰੋਗਰਾਮ ਇਹ ਬਈ ਅਸਾਂ ਇੱਥੇ ਵਰਕਿਆਂ ਬਜ਼ੁਰਗਾਂ ਦੀ ਜਿਹੜੀ ਯਾਦ ਤਾਜ਼ੀਆਂ ਕਰਨੀਆਂ ਇਸ ਯਾਦ 'ਤੇ ਅਸਾਂ ਆਪਣੇ ਕਮਰੇ ਆਪਣੇ ਬਰਾਂਡੇ ਮਾਲ ਵਗੈਰਾ ਟਿਊਬਵੈਲ ਲਾਉਣ ਦੇ ਚੱਕਰ ਗਿਲਦਾਰ ਹੁਸੈਨ ਖਾਨ ਨੇ ਹੁਬਦਾਰ ਖਾਨ ਜਿਹੜੇ ਉਹਨਾਂ ਟਿਊਬਵੈਲ ਆਪਣਾ ਲਾ ਕੇ ਦਿੱਤਾ ਅਤੇ ਮੈਂਬਰ ਉਲਫਤ ਖਾਨ ਜਿਹੜਾ ਉਹ ਇਸ ਪ੍ਰੋਗਰਾਮ ਦੇ ਵਿੱਚ ਤਿਆਰ ਹਨ ਬਈ ਅਸਾਂ ਟਿਊਬਵੈਲ ਲਸਾਂ ਸਰਦਾਰ ਨਿਗਾਹ ਹੁਸੈਨ ਖਾਨ ਸਾਡਾ ਵਿਰਾ ਉਹ ਵੀ ਇਨਸ਼ਾਅੱਲਾ ਇਸੇ ਪ੍ਰੋਗਰਾਮ ਦੇ ਵਿੱਚ ਉਹ ਤਿਆਰ ਹਨ ਕਿ ਟਿਊਬਵੈਲ ਲਾ ਕੇ ਅਸਾਂ ਆਪਣੇ ਜਿਹੜੇ ਬਜ਼ੁਰਗਾਂ ਦੀਆਂ ਰੌਣਕਾਂ ਜਿਹੜੀਆਂ ਉਹ ਦੁਬਾਲਾ ਕਰਸਾਂ ਅੱਛਾ ਜੀ ਬਾਕੀ ਜਿਹੜਾ ਇਹ ਟਰੈਕਟਰ ਜ਼ਮੀਰ ਖਾਨ ਕੋਲ ਵੀ ਉਲਫਤ ਹੁਸੈਨ ਖਾਨ ਕੋਲ ਨਿਗਾਹ ਹੁਸੈਨ ਸਾਰੇ ਆਪਣੇ ਮਕਸਦ ਏ ਰਲ ਮਿਲ ਕੇ ਆਪਣਾ ਜ਼ਮੀਨਦਾਰ ਆ ਆਪਣਾ ਪ੍ਰੋਗਰਾਮ ਜਿਹੜਾ ਇਹ ਜਿਤਨਾ ਰਕਬਾ ਇਹ ਸਾਰਾ ਪਿਆ ਇਹ ਸਾਰੇ ਬਜ਼ੁਰਗਾਂ ਦਾ ਇਹ ਚੀਜ਼ ਉਹਨਾਂ ਦੀ ਯਾਦਾਸ਼ਤ ਏ ਅੱਛਾ ਹੁਣ ਤੁਸੀਂ ਇਹ ਦੱਸਿਆ ਸੋ ਇੱਥੇ ਹੁਣ ਅਸਲ ਸਿਰਫ ਛੋਲਿਆਂ ਦੇ ਵਿੱਚ ਆਏ ਅਸਾਂ ਛੋਲਿਆਂ ਦੇ ਬਗੈਰ ਇੱਥੇ ਕਾਸ਼ਾ ਨਹੀਂ ਡਿੱਟੀ ਕਣਕ ਡਿੱਠੀ ਹੈ ਛੋਲੇ ਡਿੱਠੇ ਤੁਸਾਂ ਕਿਹੜੀ ਕਿਹੜੀ ਫਸਲ ਇੱਥੇ ਚਾਹੀਏ ਕਿਹੜੇ ਕਿਹੜਾ ਫਰੂਟ ਕੋਈ ਪਿੱਤੀਆਂ ਵਗੈਰਾ ਕੇ ਹਿੰਦਵਾਣੇ ਹੁੰਦੇ ਹਨ ਪਿੱਤੀਆਂ ਜਿਹਨੇ ਪੰਜਾਬੀ ਸਰੀਂਦੇ ਹਨ ਗੁਆਰਾ ਵੱਲੀ ਅੱਛਾ ਉਸ ਤੋਂ ਬਾਅਦ ਛੋਲੇ ਹਨ ਤੇ ਮੋਠ ਹਨ ਅੱਛਾ ਜੀ ਮੋਠ ਸਾਰੇ ਖਾਸ ਕਰ ਭਾਈ ਵੀ ਸਰੀਂਦੇ ਹਨ ਸਾਡੇ ਬਜ਼ੁਰਗਾਂ ਲੇਕਿਨ ਬਜ਼ੁਰਗਾਂ ਦੇ ਵੇਲੇ ਦੇ ਨਾਂ ਭਾਈ ਮੁਹੰਮਦ ਹੁਸੈਨ ਚਾਚਾ ਮੁਲਾਜ਼ਮ ਹੁਸੈਨ ਚਾਚਾ ਇਕਬਾਲ ਹੁਸੈਨ ਤੇ ਚਾਚੇ ਫਿਆਜ਼ ਅਹਿਮਦ ਸਾਹਿਬ ਉਹ ਲੇਕਿਨ ਉਹ ਸਾਥੋਂ ਪਹਿਲੇ ਚਾਚੇ ਫਿਆਜ਼ ਹੋਰ ਫੌਤ ਹੋ ਗਏ ਸਾਨੂੰ ਯਾਦ ਕੋਈ ਨਹੀਂ ਸਖਾਵਤ ਹੁਸੈਨ ਖਾਨ ਦੇ ਵਾਲਿਦ ਸਾਹਿਬ ਹਨ ਇਹ ਮੋਠ ਖਰੀਦਿਆਂ ਇਹ ਜਿਹੜੇ ਨਾਲ ਇਹ ਵਡਵਾੜ ਵਾਲਾ ਇੱਥੇ ਵਡਵਾੜ ਵੀ ਆ ਯਾਦ ਉੱਤੇ ਜਿਹੜਾ ਕੋਈ ਥੋੜ੍ਹਾ ਬਹੁਤ ਆ ਅੱਛਾ ਜੀ ਤੇ ਆਪਣਾ ਹੋ ਗਿਆ ਜੌ ਹੋ ਗਏ ਕਣਕ ਹੋ ਗਏ ਛੋਲੇ ਹੋ ਗਏ ਨਾਨਕੇ ਲੱਗਦੇ ਨੰਬਰਦਾਰ ਅਲਵਰਦੀ ਖਾਨ ਜਹਾਨ ਖਾਨ ਤੇ ਮਮਾ ਜ਼ਮਾਨ ਖਾਨ ਉਹਨਾਂ ਦੇ ਬੇਟੇ ਹਨ ਗੁਲਾਮ ਸਤਾਰ ਖਾਨ ਪਟਵਾਰੀ ਹਨ ਮਮਾ ਜ਼ਮਾਨ ਖਾਨ ਤੇ ਸਤਾਰ ਖਾਨ ਦੇ ਬੇਟੇ ਹੁਣ ਅਨਸਰ ਅਬਾਸ ਖਾਨ ਹੈ ਨੰਬਰਦਾਰ ਅਲਵਰਦੀ ਖਾਨ ਦਾ ਅਨਵਰ ਅਜ਼ੀਜ਼ ਖਾਨ ਤੇ ਕਿਹਨੇ ਆਪਣਾ ਐਡਵੋਕੇਟ ਅਮੀਰ ਅਬਾਸ ਖਾਨ ਸਰਦਾਰ ਸੁਰਵਰਦੀ ਖਾਨ ਉਰ ਮੋਹਮਦ ਖਾਨ ਜੀ ਦੂਸਰੀ ਹੁਣ ਉਸ ਪਿੱਛੇ ਇਹ ਕਾਸ਼ ਕਰੀਂਦੇ ਪੈਣ ਸਾਰਾ ਹਿਸਾਬ ਕਿਤਾਬ ਇਹਨਾਂ ਦਾ ਸਹੀ ਠੀਕ ਸਾਕਿਬ ਖਾਨ ਹੈ ਗੁਲਾਮ ਅਬਾਸ ਖਾਨ ਚਾਚੇ ਸਾਡੇ ਦਾ ਉਸਦਾ ਉਹ ਬਾਹਰ ਹੁੰਦਾ ਹੈ ਪਿੱਛੇ ਉਹਦਾ ਮਾਮੂ ਹੈ ਉਹ ਕਰੀਂਦਾ ਗਡਾਵਣਾ ਕਰਨਾ ਜਵੇ ਸੈਕਟਰੀ ਹੈ ਜੀ ਠੀਕ ਯਾਰ ਇਹ ਸਾਹਿਬ ਤਜਮਲ ਖਾਨ ਹੈ ਤੋਰੇ ਖਾਨ ਦਾ ਜੀ ਇਹ ਸਾਰੇ ਉਹ ਰਕਬੇ ਜਿਹੜੇ ਕਰੀਂਦੇ ਪਏ ਠੀਕ ਠੀਕ
ਬਾਕੀ ਅੱਲਾ ਖੈਰ ਕਰੇ, ਬਾਕੀ ਹਾਲਾਤ ਤੁਹਾਡੇ ਸਾਹਮਣੇ ਹੀ ਹਨ ਜੀ। ਬਿਲਕੁਲ ਇੰਨੀ ਗੱਲ ਹੈ, ਠੀਕ। ਬਾਕੀ ਮਜ਼ੀਦ ਹੈ ਭਾਈ ਤੌਕੀਰ ਖਾਨ ਦਸੈਂਦੇ ਨੇ ਜਿਹੜੇ ਸਾਹਿਬ ਕਿਤਾਬ ਹੈ। ਹਾਂਜੀ, ਤੁਸੀਂ ਕੋਈ ਆਪਣਾ ਥੋੜ੍ਹਾ ਜਿਹਾ ਨਾ ਨਜ਼ਰ ਆਸਾਨੀ ਕਰੋ। ਚਲੋ ਠੀਕ ਹੋ ਗਿਆ, ਠੀਕ ਹੋ ਗਿਆ, ਠੀਕ ਹੈ। ਤੁਸੀਂ ਨਜ਼ਾਰ ਸ਼ੇਰ ਅਦਾ ਸੋੜੀਏ ਛੋਟਾ ਮੋਟਾ ਹੁਣ ਜੀ ਆ ਇਹ ਆ ਗਏ ਜੀ, ਮਿਲਦੇ ਪੈਣ ਜ਼ਮੀਰ ਸਾਹਿਬ ਸਪੈਸ਼ਲ ਮਿਲਣ ਵਾਸਤੇ ਆਏ ਜੀ ਆ। ਜਿਹੜੀ ਆ ਨਾ ਬਜ਼ੁਰਗ ਆਪਣਾ ਸਾਡਾ ਖਾਨਦਾਨ ਦੇ ਬਜ਼ੁਰਗ, ਅੱਛਾ ਜੀ, ਛੇ ਘਰ ਆ ਨਾ ਸਾਡੇ ਪੱਕੇ, ਅੱਛਾ ਜੀ, ਜਿਹੜੇ ਇੱਕ ਡਾਡੇ ਦੀ ਔਲਾਦ ਹੈ, ਅੱਛਾ ਜੀ, ਛੇਆਂ ਦਾ ਵੱਖਰਾ ਵੱਖਰਾ ਹੈ ਕਿ ਇੱਥੇ ਕਮਰਾ ਕਮਰਾ ਹੈ। ਹੁਣ ਤਾਂ ਫਿਲਹਾਲ ਇੱਥੇ ਦੋ ਇਤਰਾ ਕਮਰੇ ਖਲੋਤੇ ਹਨ, ਛੇਆਂ ਦਾ ਇੱਕ ਇੱਕ ਵੱਖਰਾ ਕਮਰਾ ਹੈ ਜੀ ਆ। ਜਿਹੜਾ ਸੀਜ਼ਨ ਆਉਂਦਾ ਹੈ ਨਾ ਜੀ ਆ, ਫਸਲਾਂ ਦਾ ਜੀ ਆ, ਸਰਦੀ ਸਾਵਣੀ ਦਾ ਸੀਜ਼ਨ ਆਉਂਦਾ ਹੈ ਜੀ ਆ, ਤਾਂ ਵੀ ਡੇਰਾ ਬਹਿਰਾ ਆਉਂਦਾ ਹੈ, ਠੀਕ ਹੈ ਜੀ। ਤੇ ਬਾਅਦ ਜਿਹੜੇ ਹਾੜੀ ਦਾ ਸੀਜ਼ਨ ਆਉਂਦਾ ਹੈ ਸਾਰੀ ਆਸੇ ਪਾਸੇ ਇਸ ਡੇਰੇ ਦੇ ਤਕਰੀਬਨ ਦੋ ਮੁਸਤਤੀਲ ਮਰਖਾ ਅੰਦਾਜ਼ਾ ਬਣਦਾ, ਦੋ ਮੁਸਤਤੀਲ ਸਿਰਫ ਮਾਲ ਦੀ ਚਰਾਗਾ ਆਈ, ਇਹਦੇ ਵਿੱਚ ਕਾਸ਼ ਕੋਈ ਸ਼ੈ ਨਾ ਕਰੀਂਦੇ, ਅੱਛਾ, ਸਿਰਫ ਚਰਾਗਾਹ ਬਣੀ ਹੋਈ ਆਈ, ਦੋ ਤਕਰੀਬਨ ਦੋ ਮੁਸਤਕਿਲ ਤਰਾਇਆ, ਠੀਕ ਹੈ। ਬਾਕੀ ਥੋੜ੍ਹੀ ਬਹੁਤ ਕਾਸ਼ਤ ਹੁੰਦੀ ਆਈ, ਉਸਲੇ ਸਾਬਕਾ ਜਿਹੜੇ ਦੌਰ 'ਚ ਕਾਸ਼ਤ ਹੁੰਦੀ ਰਹੀ ਹੈ, ਥੋੜ੍ਹੀ ਹੁੰਦੀ ਆਈ ਜੀ, ਆਮਦਨ ਜ਼ਿਆਦਾ ਆਈ, ਹੁਣ ਡਿੱਗ ਕਾਸ਼ਤ ਹੁੰਦੀ ਹੈ, ਆਮਦਨ ਕੋਈ ਨਹੀਂ, ਪੌੜਾ ਲੱਗਾ ਪਿਆ ਕਾਸ਼ ਆਈ ਜੀ ਆ। ਇੰਨੀ ਗੱਲ ਹੈ, ਉਸ ਦੇ ਵਿੱਚ ਇਹ ਦੋ ਕਮਰੇ ਇੱਥੇ ਇਹ ਖਾਨ ਨਿਆਜ਼ਮਤ ਖਾਨ ਦੇ ਆ ਜੀ ਆ ਜੀ, ਨਾਲ ਪਰਲੇ ਪਾਸੇ ਮਮਾ ਸੁਹੈਦ ਖਾਨ ਦੇ ਜੀ ਆ, ਖਾਨ ਖਾਨ ਇਹ ਇੱਥੇ ਆ ਛੱਪੋ ਜੀ ਆ, ਪੂਰਾ ਬਾਬੇ ਨਿਆਜ਼ਮਤ ਉਹਨਾਂ ਦਾ ਛੱਪੋ ਜੀ ਆ, ਇੱਕ ਦੋ ਛੱਪਰਾਂ ਨੇ, ਇੱਕ ਛੋਟਾ ਤੇ ਇੱਕ ਵੱਡਾ, ਇਹ ਕਮਰਾ ਭਾਈ ਮਮਾ ਸੁਹੈਦ ਦਾ ਜੀ ਆ, ਇਹਦਾ ਕਮਰਾ ਉੱਥੇ ਜਿੱਥੇ ਉਹ ਖੱਲਾ ਉਸ ਵਿਦਾਰਾਂ ਦਾ ਛੱਪੋਰਾ ਛੱਪੋਰਾ, ਅੱਛਾ ਜੀ, ਛੱਪਰਾ ਇਜਾਜ਼ ਉਹਨਾਂ ਦਾ ਛੱਪੋਰਾ ਜੀ ਆ, ਇਹ ਨਵੇਂ ਪਾਏ, ਇਹ ਨਵੇਂ ਪਾਏ, ਉਹਨੂੰ ਪੁਰਾਣੇ ਪੁਰਾਣੇ, ਅੱਛਾ ਸਾਰੇ ਥਲ ਦੀ ਖੂਬਸੂਰਤੀ ਕੀ ਹਾਲ ਹੈ, ਠੀਕ ਹੋ? ਇੱਕ ਭਾਈ ਪਹਿਲੇ ਆਉਂਦਾ ਜੋ ਬੋਲ ਨਹੀਂ ਸਕਦਾ, ਭਾਈ ਹੈ ਨਾ, ਉਹਦੀ ਮੈਂ ਪਹਿਲੇ ਵਲੋਗ ਬਣਾਇਆ ਸੀ। ਇਹ ਦੇਖੋ ਜੀ ਮਾਸ਼ਾਅੱਲਾ, ਛੋਟਾ ਜਿਹਾ ਤੋੜਾ, ਮਰੇ ਸੀ ਤਾਂ ਨਹੀਂ ਨੜਿਆ, ਡਾਚੀ ਨਾ ਮਰੇ ਸੀ, ਇਹ ਦੇਖੋ ਛੋਟਾ ਜਿਹਾ ਤੋੜਾ, ਉਹ ਮਲ ਪਿਆ ਸ਼ੈਤਾਨੀਆਂ ਕਰੀਂਦਾ। ਅੱਛਾ ਜੀ, ਜਿਹੜੇ ਨੇ ਅਸਾਂ ਇੱਥੇ ਹੈ ਸਾਰਾ ਜਿਹੜਾ ਮਾਲ ਮਵੇਸ਼ੀ ਹੈ ਨਾ, ਉਹ ਵੀ ਥਾਂ ਹੀ ਹੋ ਸੀ ਪਿਆ, ਇਹ ਤੋਂ ਸੜੇ ਦੇ ਪਿਆ, ਸਾਰੀਆਂ ਗਾਈਆਂ ਖਲੋਤੀਆਂ ਹੋਈਆਂ, ਇਹ ਦੋ ਖਲੀਆਂ, ਉਸ ਤੋਂ ਬਾਅਦ ਇੱਕ ਇਹ ਬੈਠੀ ਹੋਈ ਹੈ, ਬਾਕੀ ਉਡੇ ਮਾਲ ਮਵੇਸ਼ੀ ਖਲੋਤੇ ਹੋਏ ਮਾਸ਼ਾਅੱਲਾ, ਅਤੇ ਇਹ ਬੈਠਾ ਹੋਇਆ ਕੁੱਤਾ ਜਿਹੜਾ ਸਾਰਾ ਖਵਾਲੀ ਵਾਸਤੇ ਰੱਖਿਆ ਹੋਇਆ, ਇਹ ਦੇਖੋ। ਅਤੇ ਤੁਹਾਨੂੰ ਪਤਾ ਬਈ ਮਾਲ ਮਵੇਸ਼ੀ ਜਿਹੜੇ ਘਾਹ ਸ਼ਾਹ ਚਰਦਾ, ਘਾਹ ਸ਼ਾਹ ਤਾਂ ਉਸਦੇ ਬੜਾ ਮੁਤਮੈਨ ਹੋ ਪੈਂਦਾ, ਹੁਣ ਦੇਖੋ ਆਰਾਮ ਸਕੂਨ ਦੇ ਆਪਣੇ ਕੋਈ ਖਲੋਤੀਆਂ ਹੋਈਆਂ, ਕੋਈ ਬੈਠੀਆਂ ਹੋਈਆਂ। ਹੁਣ ਸ਼ਾਮ ਹੋ ਗਈ ਜੀ, ਮਾਲ ਮਵੇਸ਼ੀ ਵਾਪਸ ਵਾਲੇ ਆਉਂਦਾ ਚਰ ਕੇ ਆਪਣਾ ਖਾ ਪੀ ਕੇ, ਇਹ ਹੁਣ ਸਿੱਧਾ ਨਲਕੇ 'ਤੇ ਵੈਸੇ ਨਲਕੇ ਤੋਂ ਪਾਣੀ ਸ਼ਾਣੀ ਪੀ ਸਨ।
ਫਿਰ ਨਿਮਾਇਸ਼ਾਂ ਹੋ ਗਈਆਂ, ਇਹ ਦੇਖੋ ਅਸਾਂ ਦੀਵਾ ਬਾਲਿਆ ਹੁਣ ਅੰਦਰ, ਅਤੇ ਇਹ ਦੀਵਾ ਹੁਣ ਹੌਲੇ ਹੌਲੇ ਜਿਵੇਂ ਬਾਹਰ ਅਨਹਾਰ ਹੁੰਦਾ ਹੋਇਆ ਸੀ ਅਤੇ ਅੰਦਰ ਕਮਰ ਦੇ ਵਿੱਚ ਨਾ ਰੋਸ਼ਨੀ ਹੁੰਦੀ ਪਿਆ ਸੀ। ਇਹ ਦੇਖੋ ਇਹ ਬਲਦਾ ਪਿਆ ਜੀ ਦੀਵਾ, ਪੁਰਾਣੇ ਜ਼ਮਾਨੇ ਕੋਈ ਨਾ ਹੁੰਦੇ ਆ ਲਾਈਟਾਂ, ਨਾ ਕੋਈ ਮਤਲਬ ਕਿ ਨਾ ਬਲਬ ਵਗੈਰਾ ਹੁੰਦੇ ਹਨ, ਇਹ ਦੀਵਾ ਹੁੰਦਾ ਇਸੇ ਦੇ ਉੱਤੇ ਗੁਜ਼ਾਰਾ ਕਰੀਦਾ ਹੈ। ਇਹ ਹੁਣ ਤੁਸੀਂ ਰੇਤੇ ਪਿਓ ਦੀਵਾ ਬਲਦਾ ਪਿਆ, ਅਤੇ ਹੁਣ ਆਹਿਸਤਾ ਆਹਿਸਤਾ ਨਾ ਇਹ ਦੀਵਾ ਜਿਹੜਾ ਇਹ ਉੱਕਾ ਅੰਦਰ ਰੋਸ਼ਨੀ ਕਰ ਛੁੜਿਆ। ਅਲਹਮਦੁਲਿਲਾ ਜੀ, ਚਨੇ ਦੀ ਕਟਾਈ ਮੁਕੰਮਲ ਹੋ ਗਈ ਹੈ ਤਕਰੀਬਨ। ਉਸ ਤੋਂ ਬਾਅਦ ਹੁਣ ਇਹਨਾਂ ਦੀ ਡੁਹਾਈ ਸ਼ੁਰੂ ਹੋਈ। ਡੁਹਾਈ ਤੋਂ ਬਾਅਦ ਜਿੱਥੇ ਥ੍ਰੈਸ਼ਰ ਲੱਗ ਪਿਆ ਸੀ ਅਤੇ ਥ੍ਰੈਸ਼ਰ ਦਾ ਜਿਹੜਾ ਵਲੋਗ ਹੈ ਨਾ ਮੈਂ ਉਹ ਅਲੱਗ ਬਣਾਇਆ ਸੀ। ਅੱਛਾ ਜੀ, ਉਹਦੇ ਪਿੱਛੇ ਪੇੜ ਤੇ ਥ੍ਰੈਸ਼ਰ ਲੱਗੀ ਹੋਈ ਹੈ, ਲੇਕਿਨ ਫਿਰਾ ਤੁਹਾਡਾ ਆਪਣਾ ਕੰਟੈਂਟ ਨਹੀਂ ਜ਼ਾਇਆ ਕਰਨਾ ਚਾਹੁੰਦਾ ਸੀ, ਪੂਰਾ ਵਲੋਗ ਬਣਨਾ ਚਾਹੀਦਾ ਯਾਰ ਥ੍ਰੈਸ਼ਰ ਤੇ, ਅਤੇ ਉਹ ਇਨਸ਼ਾਅੱਲਾ ਤਾਲਾ ਮੈਂ ਬਣਾਇਆ ਸਾਂ। ਅਤੇ ਬਾਕੀ ਇਹ ਹੈ ਕਿ ਅਗਰ ਤੁਹਾਨੂੰ ਅੱਜ ਦਾ ਵਲੋਗ ਪਸੰਦ ਆਇਆ ਤਾਂ ਇਸਨੂੰ ਲਾਈਕ ਕਰੋ, ਸ਼ੇਅਰ ਕਰੋ, ਕਮੈਂਟ ਕਰੋ। ਚੈਨਲ ਨੂੰ ਤੁਸੀਂ ਨਹੀਂ ਸਬਸਕ੍ਰਾਈਬ ਕੀਤਾ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਬਾ ਛੋੜੋ, ਤਾਂ ਕਿ ਜਿਹੜਾ ਵੀ ਨਵਾਂ ਵਲੋਗ ਅਪਲੋਡ ਕਰਾਂ ਉਸਦਾ ਨੋਟੀਫਿਕੇਸ਼ਨ ਤੁਹਾਡੇ ਤਾਂ ਹੀ ਅਪਡੇਟ ਆਵੇ। ਇਨਸ਼ਾਅੱਲਾ ਤਾਲਾ ਮਿਲਦਾ ਹੈ ਤੁਹਾਨੂੰ ਨੈਕਸਟ ਵਲੋਗ ਦੇ ਵਿੱਚ। ਅੱਲਾ ਹਾਫਿਜ਼।